ਆ ਆ ਗਿਆ ਜ਼ੀਰੋ ਮੰਦਿਰ ਜਿੱਥੇ ਕਿ 1931 ਤੱਕ ਮੰਨਿਆ ਗਿਆ ਸੀ ਕਿ ਜ਼ੀਰੋ ਦੀ ਖੋਜ ਭਾਰਤ ਚ ਤਾਂ ਹੋਈ ਆ ਪਰ ਵਰਤੀ ਇਥਾਂ ਤੇ ਗਈ ਆ ਜ਼ੀਰੋ ਇਹ ਚਤਰਪੁਜ ਮੰਦਿਰ ਆ 18876 ਈਸਵੀ ਦੇ ਵਿੱਚ ਇਹ ਮੰਦਿਰ ਬਣਿਆ ਸੀ ਪ੍ਰਤੀਹਾਰ ਸ਼ਾਸਕ ਭੋਜ ਦੇਵ ਨੇ ਇਹਦਾ ਨਿਰਮਾਣ ਕਰਵਾਇਆ ਸੀਗਾ ਸੰਸਕ੍ਰਿਤ ਦੇ ਵਿੱਚ ਸ਼ੂਨੇ ਕਿਹਾ ਗਿਆ ਤੇ ਬਾਅਦ ਦੇ ਵਿੱਚ ਇੰਗਲੈਂਡ ਦੇ ਵਿੱਚ ਇਹਨੂੰ ਫਿਰ ਜ਼ੀਰੋ ਕਿਹਾ ਗਿਆ ਹਨਾ ਕੁਝ ਪੁਚਾਲ ਹੋਣ ਕਾ ਤਰੇੜਾਂ ਵੀ ਪੈ ਚੁੱਕੀਆਂ ਨੇ ਆ ਦੇਖ ਸਕਦੇ ਹੋ ਤੁਸੀਂ ਅਤਰੀੜਾਂ ਵਿੱਚ ਪਈਆਂ ਹੋਈਆਂ ਨਾ ਸੀਮਿੰਟ ਭਰ ਭਰ ਕੇ ਇਹਨੂੰ ਬਚਾਉਣ ਚੂਨਾ ਜਾਂ ਸੀਮਿੰਟ ਪਰਪਰ ਕੇ ਇਹਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਚੱਲੇ ਆਂ ਜ਼ੀਰੋ ਮੰਦਿਰ ਦੇ ਵਿੱਚ ਜ਼ੀਰੋ ਮੰਦਿਰ ਵੀ ਸਾਰੇ ਭਾਰਤ ਸਾਰੀ ਉਨਸਾਰੀ ਦੁਨੀਆ ਨੂੰ ਪਤਾ ਵੀ ਜ਼ੀਰੋ ਦੀ ਖੋਜ ਭਾਰਤ ਦੇ ਵਿੱਚ ਹੋਈ ਪਰ ਜ਼ੀਰੋ ਵਰਤੀ ਕਿੱਥੇ ਗਈ ਸੀ ਪਹਿਲੀ ਵਾਰ ਉਸ ਮਸਲੇ ਦੇ ਉੱਤੇ ਇੱਕ ਮੰਦਿਰ ਬਣਿਆ ਹੋਇਆ ਵਾ ਜਿੱਥੇ ਵਰਤੀ ਗਈ ਦਾ ਜ਼ਿਕਰ ਮਿਲਦਾ ਰਿਹਾ 1931 ਤੱਕ ਉਹ ਮੰਦਿਰ ਦੇਖਣ ਚੱਲੇ ਆਂ ਇਸ ਵਕਤ ਅਸੀਂ ਗਵਾਲੀਅਰ ਦੇ ਵਿੱਚ ਆਂ ਮੱਧ ਪ੍ਰਦੇਸ਼ ਦੇ ਵਿੱਚ ਆ ਗਵਾਲੀਅਰ ਦਾ ਕਿਲਾਵਾ ਜਿਹੜਾ ਮਗਰ ਤੁਸੀਂ ਵੇਖ ਰਹੇ ਹੋ ਤਾਂ ਇਹਦੇ ਥੱਲੇ ਉਤਰ ਕੇ ਮਤਲਬ ਉਹ ਮੰਦਿਰ ਬਣਿਆ ਹੋਇਆ ਉਹ ਸਮੰਦਰ ਵੱਲ ਨੂੰ ਆਪਾਂ ਚੱਲਦੇ ਆ ਗਵਾਲੀਅਰ ਮੱਧ ਪ੍ਰਦੇਸ਼ ਦਾ ਇੱਕ ਬਹੁਤ ਵੱਡਾ ਜ਼ਿਲ੍ਹਾ ਵਾ ਬਹੁਤ ਵੱਡੀ ਰਿਆਸਤ ਰਹੀ ਆ ਸਿੰਧਿਆ ਰਿਆਸਤ ਰਹੀ ਆ ਤਾਂ ਆਜੋ ਇਧਰਲੇ ਪਾਸੇ ਚੱਲੀਏ ਨਾਲੇ ਉਹ ਇਤਿਹਾਸ ਦੇਖ ਕੇ ਆਉਨੇ ਆ ਵੀ ਜੀਰੋ ਮੰਦਿਰ ਚਤਰਪੂਜ ਮੰਦਿਰ ਕਿਹਾ ਜਾਂਦਾ ਵਾ ਉਸ ਪਾਸ ਚੱਲਦੇ ਆ ਆ ਆ ਗਿਆ ਜੀਰੋ ਮੰਦਿਰ ਜਿੱਥੇ ਕਿ 1931 ਤੱਕ ਮੰਨਿਆ ਗਿਆ ਸੀ ਕਿ ਜੀਰੋ ਦੀ ਖੋਜ ਭਾਰਤ ਚ ਤ ਹੋਈ ਆ ਪਰ ਵਰਤੀ ਇੱਥਾਂ ਤੇ ਗਈ ਆ ਜੀਰੋ ਇਹ ਚਤਰਪੂਜ ਮੰਦਿਰ ਆ 18800 76ਵੀਂ ਦੇ ਵਿੱਚ ਇਹ ਮੰਦਿਰ ਬਣਿਆ ਸੀ ਪ੍ਰਤੀਹਾਰ ਸ਼ਾਸਕ ਭੋਜਦੇਵ ਨੇ ਇਹਦਾ ਨਿਰਮਾਣ ਕਰਵਾਇਆ ਸੀਗਾ 9ਵੀਂ ਸਦੀ ਬਣ ਗਈ 9ਵੀਂ ਸਦੀ ਚ ਦਾ ਨਿਰਮਾਣ ਹੋਇਆ ਇਹਨੂੰ ਜ਼ੀਰੋ ਮੰਦਿਰ ਦੇ ਤੌਰ ਤੇ ਜਾਣਿਆ ਜਾਂਦਾ ਵਾ ਇੱਥੇ ਸੱਲ ਵੀ ਲੱਗੀ ਹੋਈ ਆ ਇਹ ਦੂਜੇ ਰਾਤ ਜਿਹੜਾ ਆਪਾਂ ਤੌਰ ਤੇ ਗਵਾਲੀਅਰ ਚਾਹ ਸੜਕ ਚੜ੍ਹਦੇ ਉਸ ਰਾਤ ਨਹੀਂ ਦੂਜੇ ਰਾਤ ਇੱਥੇ ਆ ਗਿਆ ਲక్ష్మణ ਗੇਟ ਵਾਲੇ ਪਾਸੇ ਆ ਮੰਦਿਰ ਬਣਿਆ ਹੋਇਆ ਸਾਰੇ ਪੱਥਰਾਂ ਨੂੰ ਕੱਟ ਕੇ ਇੱਕ ਪਹਾੜੀ ਸੀ ਪਹਾੜੀ ਦੇ ਵਿੱਚੋਂ ਕੱਟ ਕੇ ਹੀ ਇਸ ਮੰਦਿਰ ਦੀ ਉਸਾਰੀ ਕੀਤੀ ਗਈ ਆ ਆਓ ਅੰਦਰ ਚੱਲਦੇ ਆਂ ਦੇਖਦੇ ਆਂ ਲਗਭਗ 1100 ਸਾਲ ਪੁਰਾਣਾ ਮੰਦਿਰ ਆ ਜਿੱਥੇ ਜ਼ੀਰੋ ਦੀ ਵਰਤੋਂ ਕੀਤੀ ਗਈ ਸੀ ਜ਼ੀਰੋ ਦੀ ਵਰਤੋਂ ਬਾਰੇ ਜ਼ਿਕਰ ਕੰਬੋਡੀਆ ਦੇ ਵਿੱਚੋਂ ਵੀ ਪਤਾ ਲੱਗਿਆ ਵਾ ਪਾਕਿਸਤਾਨ ਦੇ ਵਿੱਚੋਂ ਵੀ ਪਤਾ ਲੱਗੀ ਆ ਗੱਲਬਾਤ ਮਤਲਬ ਅਲੱਗ-ਅਲੱਗ ਥਾਵਾਂ ਤੋਂ ਪਤਾ ਲੱਗਦਾ ਕਿਵੇਂ ਭਾਰਤ ਦੇ ਵਿੱਚੋਂ ਜ਼ੀਰੋ ਉਧਰਲੇ ਪਾਸੇ ਜ਼ੀਰੋ ਕਿਵੇਂ ਗਈ ਆਖਰ 'ਚ ਯੂਰਪ ਤੇ ਦੇ ਵਿੱਚ ਜ਼ੀਰੋ ਕਿਵੇਂ ਚਲੇਗੀ ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ ਪਹਿਲਾ ਮੋਟੀ ਜੀ ਤੁਹਾਨੂੰ ਗੱਲ ਦੱਸ ਦਿਆਂ ਇਹ ਸਾਰਾ ਇੱਕੋ ਪੱਥਰ ਹੀ ਆ ਇਹ ਸਾਰਾ ਇੱਕੋ ਪੱਥਰ ਨੂੰ ਕੱਟ-ਕੱਟ ਕੇ ਬਚtreੜਾਂ ਪੈ ਚੁੱਕੀਆਂ ਆ ਸਾਰਾ ਇੱਕੋ ਪੱਥਰ ਨੂੰ ਕੱਟ-ਕੱਟ ਕੇ ਹੀ ਇਸ ਮੰਦਰ ਦਾ ਨਿਰਮਾਣ ਕੀਤਾ ਗਿਆ ਵਾ ਮਗਰਲੇ ਪਾਸੇ ਦਿਖਾ ਦਿਓ ਇੱਧਰੋਂ ਪਾਸੇੋਂ ਹਾਂ ਮਤਲਬ ਆਹ ਅੱਡ ਕਾ ਵੀ ਸੁਰੰਗ ਜੀ ਬਾਅਦ ਦੇ ਵਿੱਚ ਹੀ ਬਣਾਈ ਗਈ ਗੋਪੀ ਮੇਰੇ ਇੱਧਰ ਜਾ ਕੇ ਮੜਾ ਜਾ ਦਿਖਾ ਦਿਓ ਵੀ ਸੁਰੰਗ ਜੀ ਵਿੱਚ ਮਗਰਲੇ ਪਾਸੇ ਪ੍ਰਕਰਮਾ ਕਰਨ ਨੂੰ ਜਿਹੜਾ ਸਥਾਨ ਬਣਾਇਆ ਵਾ ਇਹ ਵੀ ਬਾਅਦ ਦੇ ਵਿੱਚ ਪੱਥਰਾਂ ਨੂੰ ਕੱਟ-ਕੱਟ ਕੇ ਬਣਿਆ ਹੋਇਆ ਵਾ ਇੱਥੇ ਬਹੁਤ ਸਾਰੇ ਦੇਵੀ-ਦੇਵਤਿਆਂ ਦੀ Hindu ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਮਤਲਬ ਬਣੀਆਂ ਹੋਈਆਂ ਨੇ ਤੇ ਇਸ ਮੰਦਿਰ ਨੇ ਬਹੁਤ ਸਾਰੇ ਹਮਲਿਆਂ ਨੂੰ ਵੀ ਸਾਖਸ਼ਾਤ ਦੇਖਿਆ ਹੋਇਆ ਵਾ ਪਰ ਇਹ ਸਹੀ ਸਲਾਮਤ ਹੈ ਕਿਉਂਕਿ ਅਕਸਰ ਹਮਲਾਵਰ ਕਿਲੇ ਤੇ ਚੜਾਈ ਕਰ ਜਾਂਦੇ ਸੀ ਇਹ ਮੰਦਿਰ ਲੁਕਿਆ ਰਹਿਣ ਕਰਕੇ ਸ਼ਾਇਦ ਤਾਂ ਬਚਿਆ ਰਿਹਾ ਆ ਦੇਖ ਸੌਦਿਆਂ ਤੁਸੀਂ ਵੀ ਕਾਫੀ ਮਤਲਬ ਆ ਦੇਖੋ ਵੀ ਇੱਥੇ ਦਿਖਾ ਦੇ ਪੱਥਰ ਖਾਰ ਵੀ ਚੁੱਕੇ ਆ ਐਸੀ ਗੱਲ ਨਹੀਂ ਪੱਥਰ ਖਾਰ ਵੀ ਚੁੱਕੇ ਕਈ ਥਾਵਾਂ ਦੇ ਉੱਤੇ ਕਿਉਂਕਿ ਪੱਥਰ ਅਸਮਾਪਕ ਹੈ ਨਾ 1100 ਸਾਲ ਬਹੁਤ ਸਮਾਂ ਹੋ ਜਾਂਦਾ ਕਿੰਨੀਆਂ ਪੀੜੀਆਂ ਸੈਂਕੜੇ ਪੀੜੀਆਂ ਲੰਘੀਆਂ ਹਨਾ ਤਾਂ ਉਸ ਵੇਲੇ ਦਾ ਬਣਿਆ ਹੋਇਆ ਚਤਰਪੂਜ ਮੰਦਿਰ ਆ ਇੱਥੇ ਸਿਲਾ ਲੇਖ ਵੀ ਲੱਗਿਆ ਹੋਇਆ ਹੈ ਜਿਦੇ ਵਿੱਚ ਜ਼ਿਕਰ ਆ ਵੀ ਜੀਰੋ ਵਰਤੀ ਗਈ ਸੀ ਉਸ ਤੇ ਰਾਸ਼ੀ ਦਾ ਜ਼ਿਕਰ ਮਿਲਦਾ ਵਾ ਕੁਛ ਵੀ ਨਹੀਂ ਰਾਸ਼ੀ ਫਲਾਣੇ ਬੰਦੇ ਨੇ ਫਲਾਣੇ ਨੂੰ ਦਾਨ ਕੀਤੀ ਇੱਥੇ ਮਤਲਬ ਉਸ ਚੀਜ਼ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਜੀਰੋ ਬਾਰੇ ਅੱਜ ਆਪਾਂ ਗੱਲਬਾਤ ਕਰਦੇ ਹਾਂ ਬਖਸ਼ਾਲੀ ਹੱਥ ਲਿਖਤ ਦੇ ਵਿੱਚ ਜ਼ੀਰੋ ਦਾ ਜ਼ਿਕਰ ਵੀ ਮਿਲਦਾ ਵਾ ਕਿਹਾ ਜਾਂਦਾ ਵੀ ਪਹਿਲੀ ਤੋਂ ਤੀਜੀ ਸਦੀ ਦਰਮਿਆਨ ਉਤੋਂ ਵੀ ਜ਼ਿਕਰ ਹੋਇਆ ਕਾਰਬਨ ਡੇਟਿੰਗ ਮੈਥਡ ਹੁੰਦਾ ਜਦੋਂ ਉਹਨਾ ਉਹ ਚੈੱਕ ਕਰਦੇ ਕਿੰਨਾ ਚੀਜ਼ ਪੁਰਾਣੀ ਆ ਉੱਥੇ ਵੀ ਜ਼ੀਰੋ ਦਾ ਜ਼ਿਕਰ ਮਿਲਦਾ ਵਾ ਇਹ ਕਿਵੇਂ ਮਿਲਿਆ ਸੀ ਕਿ ਪਸ਼ਾਵਰ ਦੇ ਕੋਲ ਕਿ ਕਿਤੇ ਖੁਦਾਈ ਹੋਈ ਜਾਂਦੀ ਸੀਗੀ ਉਸ ਥਾਂ ਦੇ ਉਤੋਂ ਇਹ ਚੀਜ਼ ਪ੍ਰਾਪਤ ਹੋਈ ਸੀਗੀ ਪਸ਼ਾਵਰ ਹੋਂਡ ਅੱਜਕਲ ਪਾਕਿਸਤਾਨ ਦੇ ਵਿੱਚ ਆ ਉਹ ਜਿਹੜੀ ਹੱਥ ਲਗ ਸੀ 1881 ਦੇ ਵਿੱਚ ਪਸ਼ਾਵਰ ਦੇ ਸਥਾਨ ਤੋਂ ਮਿਲੀ ਸੀਗੀ ਇਸ ਤੇ ਖੋਜ ਕੀਤੀ ਸੀ ਡਾਕਟਰ ਰੋਡੇ ਲਫ ਨੇ ਕੀਤੀ ਸੀਗੀ ਜਿਹਦਾ ਮੰਨਣਾ ਸੀ ਵੀ ਜਿਹੜਾ ਬਕਸ਼ਾਲੀ ਗਣੇਤਾ 2000 ਸਾਲ ਪੁਰਾਣਾ ਇਹ ਹੱਥ ਲਗਤਾ ਤੇ ਬੋਰਡਲੀਨ ਲਾਇਬ੍ਰੇਰੀ ਯੂਨੀਵਰਸਿਟੀ ਆਫ ਆਕਸਫੋਰਡ ਦੇ ਵਿੱਚ ਅੱਜ ਵੀ ਪਈ ਤੁਸੀਂ ਵੇਖ ਸਕਦੇ ਹੋ ਮਤਲਬ ਜਿਹੜੀ ਪਹਿਲੀ ਤੋਂ ਤੀਜੀ ਸਦੀ ਦੇ ਦਰਮਿਆਨ ਲੱਭੀ ਸੀ ਜੇ ਉਹ ਬਕਸ਼ਾਲੀ ਹੱਥ ਲਗਤ ਉਹ ਹਜੇ ਵੀ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਪਈ ਹੈਗੀ ਆ ਤੇ ਆ ਜੋ ਸਰੋਸਲਾ ਲਿਖ ਦਿਖਾ ਦਿਆਂ ਆਹ ਦੇਖ ਸਕਦੇ ਹੋ ਤੁਸੀਂ ਇਹ ਇਹ ਇਹਨੂੰ ਵੀ ਪੁਰਾਣਾ ਮੰਨਿਆ ਗਿਆ ਵਾ ਵੀ ਇਹ ਵੀ ਪੁਰਾਣੀ ਲਿਖਤ ਦੇ ਵਿੱਚ ਤੇ ਵਿੱਚ ਦਾਣ ਦੀ ਰਕਮ ਦੀ 970 ਰੁਪਏ ਕੁਝ ਦਾਣ ਦੀ ਰਕਮ ਦਾ ਜ਼ਿਕਰ ਮਿਲਦਾ ਪਰ ਮੈਂ ਸਪੈਸ਼ਲ ਤੇ ਇੱਕ ਫੋਟੋ ਲਾ ਕੇ ਵੀ ਲਾ ਦੂੰਗਾ ਵਿੱਚ ਵੀ ਜ਼ਿਕਰ ਕਰ ਦੂੰਗਾ ਵੀ ਜ਼ੀਰੋ ਕਿੱਥੇ ਕਿਉਂਕਿ ਇਦਾਂ ਲਿਪੀ ਹੋਰ ਆ ਨਾ ਮੇਰੇ ਪੜਨ ਚੋਣੀਆਂ ਨਾ ਹੋ ਸਕਦਾ ਤੁਹਾਡੇ ਪੜਨ ਚੋਣੀਆਂ ਆ ਤੇ ਜਿਹੜੀ ਉਹ ਹੱਥ ਲੱਗਤ ਸੀ ਨਾ ਉਹ ਬਰਚ ਬਰਾਕ ਨਾ ਦਾ ਇੱਕ ਰੁੱਖ ਹੁੰਦਾ ਉਹ ਪੱਤਿਆਂ ਤੇ ਲਿਖੀ ਗਈ ਸੀ ਉਸ ਸਮੇ ਪੱਤਿਆਂ ਤੇ ਲਿਖਣ ਦਾ ਹੀ ਮਤਲਬ ਰਿਵਾਜ ਹੁੰਦਾ ਸੀ ਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਤਾਂ ਆ ਦੇਖੋ ਮੂਰਤੀਆਂ ਬਣੀ ਹੋਈਆਂ ਛੋਟੀਆਂ ਛੋਟੀਆਂ ਸਮਾਂ ਪਾ ਕੇ ਖਰਦੀਆਂ ਜਗੀਆਂ ਹਨਾ ਕੁਝ ਪੁਚਾ ਲਓ ਉਹਨਾਂ ਕਾ ਤਰੇੜਾਂ ਵੀ ਪੈ ਚੁੱਕੀਆਂ ਨੇ ਆ ਦੇਖ ਸਕਦੇ ਹੋ ਤੁਸੀਂ ਆਤਰੀੜਾਂ ਵਿੱਚ ਪਈਆਂ ਹੋਈਆਂ ਨਾ ਸੀਮਿੰਟ ਭਰ-ਭਰ ਕੇ ਇਹਨੂੰ ਬਚਾਉਣ ਚੂਨਾ ਜਾਂ ਸੀਮਿੰਟ ਭਰ-ਭਰ ਕੇ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਆ। ਇਸ ਤੋਂ ਬਾਅਦ ਚ ਆਪਾਂ ਗੱਲ ਕਰਾਂਗੇ ਕਿ ਕੰਬੋਡੀਆ ਦੇ ਵਿੱਚ ਜ਼ੀਰੋ ਦਾ ਕੀ ਰੂਪ ਮਿਲਿਆ। ਉੱਥੇ ਵੀ ਗੱਲ ਕਰਦੇ ਆਂ। ਬਖਸ਼ਾਲੀ ਲਿਪੀ ਦੇ ਵਿੱਚ ਵੀ ਨਾ ਜ਼ੀਰੋ ਦਾ ਜ਼ਿਕਰ ਬਿੰਦੂ ਦੇ ਰੂਪ ਦੇ ਵਿੱਚ ਸੀ ਇੱਕ ਫੁੱਲ ਸਟਾਪ ਦੇ ਤੌਰ ਤੇ ਜਿਵੇਂ ਬਿੰਦੂ ਬਣਾਇਆ ਲਾ ਦਿੱ ਗਏ ਹਨਾ ਉਸ ਰੂਪ ਦੇ ਵਿੱਚ ਸੀਗਾ। ਉਸ ਤੋਂ ਬਾਅਦ ਕੰਬੋਡੀਆ ਦੇ ਵਿੱਚੋਂ ਵੀ ਇੱਕ ਪੱਥਰ ਮਿਲਿਆ ਸੀ ਉਦੋਂ ਤੇ ਵੀ ਜਿਹੜਾ ਸੀਗਾ ਮਤਲਬ 1300 ਸਾਲ ਪੁਰਾਣਾ ਦੱਸਿਆ ਜਾਂਦਾ ਉਹਦੇ ਤੇ ਵੀ ਬਿੰਦੂ ਦੇ ਰੂਪ ਦੇ ਵਿੱਚ ਹੀ ਜ਼ੀਰੋ ਸੀ ਉਹ ਜਿਹੜਾ ਪੱਥਰ ਪਿਆ ਵਾ ਕੰਬੋਡੀਆ ਦੇ ਵਿੱਚ ਪਿਆ ਵਾ ਤੇ ਦੱਸਿਆ ਜਾਂਦਾ ਉੱਥੋਂ ਦੇ ਮਿਊਜ਼ੀਅਮ ਆ ਕੰਬੋਡੀਆ ਦਾ ਉਸ ਮਿਊਜ਼ੀਅਮ ਦੇ ਵਿੱਚ ਅੱਜ ਵੀ ਉਸ ਪੱਥਰ ਨੂੰ ਸਾਹਮਣੇ ਰੱਖਿਆ ਗਿਆ ਵਾ ਮਤਲਬ ਸਮੇਂ-ਸਮੇਂ ਤੇ ਇਹਦਾ ਰੂਪ ਬਦਲਦਾ ਗਿਆ ਆਰਿਆ ਪੱਟ ਦੀ ਗੱਲ ਕਰੀਏ ਜ਼ੀਰੋ ਦਾ ਜ਼ਿਕਰ ਹੋਵੇ ਤਾਂ ਆਰਿਆ ਪੱਟ ਦੀ ਗੱਲ ਨਾ ਹੋਵੇ ਇਹ ਤਾਂ ਹੋ ਨਹੀਂ ਸਕਦਾ ਆਰਿਆ ਪੱਟ ਦਾ ਜਨਮ ਇਸਾ ਪੂਰਬ ਦੇ ਵਿੱਚ ਹੋਇਆ ਸੀਗਾ ਜਿਹੜਾ ਕਿ ਦੱਸਿਆ ਜਾਂਦਾ ਵੀ ਉਸ ਸਮੇਂ ਮਤਲਬ 476 ઈસા પૂર્વ ਦੇ ਵਿੱਚ ਹੋਇਆ ਸੀ ਉਹ ਆਰੀਆ ਪਟ ਦੀ ਪੁਸਤਕ ਸੀ ਆਰੀਆ ਪਟ ਪਟੀਆਂ ਦੇ ਵਿੱਚ ਜਿਗਰ ਜਿਗ ਜਿਹਦੇ ਵਿੱਚ ਜ਼ੀਰੋ ਦਾ ਕੋਈ ਵੀ ਰੂਪ ਨਹੀਂ ਮਿਲਦਾ ਕੋਈ ਵੀ ਨਿਸ਼ਾਨ ਨਹੀਂ ਮਿਲਦਾ ਤੇ ਜਿਨੇ ਕਦੇ ਰੂਪ ਕਹਿ ਸਕਦੇ ਆ ਕਿ ਜ਼ੀਰੋ ਦੀ ਵਰਤੋਂ ਹੀ ਨਹੀਂ ਕੀਤੀ ਸੀ ਉਸ ਤੋਂ ਬਾਅਦ 2300 ਸਾਲ ਪਹਿਲਾਂ ਪਿੰਗਾਲਾ ਹੋਇਆ ਵਾ ਉਹਨੇ ਵੀ ਜ਼ੀਰੋ ਦਾ ਮਤਲਬ ਜ਼ੀਰੋ ਦੀ ਮਤਲਬ ਕਹਿ ਸਕਦੇ ਆ ਕਿ ਗੱਲਬਾਤ ਕੀਤੀ ਸੀ ਕਿ ਗੱਲ ਜ਼ਿਕਰ ਕੀਤਾ ਸੀ ਜ਼ੀਰੋ ਦਾ ਉਸ ਤੋਂ ਬਾਅਦ ਆ ਕੇ ਬ੍ਰਹਮਗੁਪਤ ਹੋਇਆ ਵਾ ਜਿਨੇ 500 98 ઈસ સૂરવો ਦੇ ਵਿੱਚ ਹੋਇਆ ਹੈ ਬ੍ਰਹਮਗੁਪਤ ਬ੍ਰਹਮਗੋਪਤ ਨੇ ਜ਼ੀਰੋ ਦੇ ਨਿਜਮ ਬਣਾਏ ਸੀਗੇ ਇਹਨਾਂ ਨਿਜਮਾਂ ਨੂੰ ਉਸ ਸਮੇਂ ਦੇ ਵਿੱਚ ਕ੍ਰਾਂਤੀਕਾਰੀ ਨਿਜਮ ਮੰਨਿਆ ਗਿਆ ਸੀ ਕਿਉਂਕਿ ਜ਼ੀਰੋ ਬਣਾਤੀ ਖੋਜ ਹੋ ਗਈ ਹਨਾ ਭਾਰਤ ਚ ਖੋਜ ਹੋ ਗਈ ਇਸ ਚੀਜ਼ ਦੀ ਪਰ ਉਹਦੇ ਨਿਜਮ ਕੀ ਹੋਣਗੇ ਕਿਸ ਤਰੀਕੇ ਨਾਲ ਵਰਤੀ ਜਾਊਗੀ ਕਿੱਥੇ ਵਰਤੀ ਜਾਊਗੀ ਉਸ ਨਿਜਮਾਂ ਨੂੰ ਬਾਅਦ ਦੇ ਵਿੱਚ ਬ੍ਰਹਮਗੁਪਤ ਨੇ ਬਣਾਇਆ ਸੀਗਾ ਇੱਕ ਬਹੁਤ ਵੱਡੀ ਗੱਲ ਬਾਤ ਆ ਤੇ ਅੱਜ ਇਸ ਸਿਰਤੀ ਆਪਾਂ ਚਰਚਾ ਕਰਨੀ ਆ ਗੱਲ ਕੰਬੋਡੀਆ ਦੀ ਵੀ ਹੋਗੀ ਹੋਰ ਵੀ ਹੋਗੀ ਅਰਬ ਦੇ ਵਿੱਚ ਅਰਬ ਦੇਸ਼ਾਂ 'ਚ ਜ਼ੀਰੋ ਕਿਵੇਂ ਪਹੁੰਚੀ ਉੱਥੋਂ ਦਾ ਰਾਜਾ ਸੀਗਾ 773 ਈਸਵੀ ਦੇ ਵਿੱਚ ਅੱਬਾ ਸਾਇਦ ਉਹਨੇ ਕੀ ਕੀਤਾ ਕਿ ਉਜ਼ੈਨ ਮੱਧ ਪ੍ਰਦੇਸ਼ ਦੇ ਵਿੱਚ ਹੀ ਪੈਂਦਾ ਵਾ ਉੱਥੋਂ ਦੇ ਟੀਚਰ ਕਣਕ ਕਣਕ ਨਾਂ ਦਾ ਟੀਚਰ ਹੋਇਆ ਵਧਿਆਪਕ ਹੋਇਆ ਗੁਰੂ ਹੋਇਆ ਉਹਨੂੰ ਸੱਦਿਆ ਵੀ ਤੂੰ ਸਾਡੇ ਇੱਥੇ ਆ ਕੇ ਜ਼ੀਰੋ ਦੀ ਸਿੱਖਿਆ ਦੇ ਉਹਨੇ ਫਿਰ ਕਹਿੰਦੇ ਉਸ ਸਮੇ ਉਸ ਅਰਬ ਦੇ ਵਿੱਚ ਜ਼ੀਰੋ ਦੀ ਸਿੱਖਿਆ ਦਿੱਤੀ ਇੱਥੋਂ ਕੀ ਕਨਫਰਮ ਆ ਕਿ ਜਿਹੜਾ ਟੀਚਰ ਸੀ ਉਹ ਵੀ ਮੱਧ ਪ੍ਰਦੇਸ਼ ਦਾ ਸੀ ਉਜੈਨ ਤੋਂ ਵੀ ਇਸ ਸਥਾਨ ਦਾ ਹੀ ਸੀਗਾ ਮਤਲਬ ਇਸ ਥਾਂ ਤੇ ਕਿਤਨਾ ਕਿਤੇ ਆਉਂਦਾ ਜਾਂਦਾ ਰਿਹਾ ਹੋਗਾ ਮਤਲਬ ਪ੍ਰਚਾਰ ਪ੍ਰਸਾਰ ਜ਼ੀਰੋ ਦਾ ਇੱਥੋਂ ਹੀ ਸ਼ੁਰੂ ਹੋਇਆ ਮਤਲਬ ਇਹ ਗੱਲ ਤਾਂ ਇੱਕ ਮੋٹے ਤੌਰ ਤੇ ਆਪਾਂ ਨੂੰ ਸਮਝ ਆ ਜਾਂਦੀ ਹੈ ਕਣਕ ਦਾ ਜ਼ਿਕਰ ਮਿਲਦਾ ਉਹਨੇ ਫਿਰ ਸਾਰਿਆਂ ਨੂੰ ਮਤਲਬ ਉੱਥੇ ਜ਼ੀਰੋ ਦੀ ਪੜ੍ਹਾਈ ਪੜਵਾਈ ਉੱਥੋਂ ਦੇ ਵਿਦਵਾਨਾਂ ਨੂੰ ਤੇ ਉੱਥੋਂ ਬਾਅਦ ਦੇ ਵਿੱਚ ਜਿਹੜੀ ਜ਼ੀਰੋ ਸੀਗੀ ਉਹ ਯੂਰਪ ਦੇ ਵਿੱਚ ਚੱਲੇ ਗਈ ਸੀ ਯੂਰਪ ਵਿੱਚ ਫੈਬੋਨਾਚੀ ਨਾਮ ਦਾ ਬੰਦਾ ਹੈ ਜਿਹਨੂੰ ਮਤਲਬ ਲਿਉਨਾਰਡੋ ਦਾ ਆਫ ਦਾ ਪੀਸਾ ਕਿਹਾ ਜਾਂਦਾ ਵਾ ਲਿਉਨਾਰਡੋ ਪੀਸੋ ਕਿਹਾ ਲਿਉਨਾਰਡੋ ਆਫ ਪੀਸਾ ਕਿਹਾ ਜਾਂਦਾ ਇਹ ਇਟਲੀ ਵਿੱਚ ਆ ਫੈਬੋਨਾਚੀ ਦਾ ਜਨਮ 1170 ਈਸਵੀ ਤੇ ਮੌਤ 1200 ਜੋ ਇਸ ਵੀ ਵਿੱਚ ਹੋਈ ਸੀ ਉਹ ਪਹਿਲਾ ਵਿਅਕਤੀ ਸੀ ਜਿਸ ਨੇ ਜ਼ੀਰੋ ਨੂੰ ਯੂਰਪ ਵਿੱਚ ਪਹਿਲੀ ਵਾਰ ਜਾਣੂ ਕਰਾਇਆ ਸੀ ਫੈਬੋਨਾਚੀ ਸੀ ਜਿਹੜਾ ਇਹਨੇ ਵੀ ਗਿਆਨ ਅਰਬ ਦੇ ਵਿੱਚ ਪ੍ਰਾਪਤ ਕੀਤਾ ਸੀ ਕਿਉਂਕਿ ਅਰਬ ਦੇ ਵਿੱਚੋਂ ਉਹ ਫੈਬੋਨਾਚੀ ਜਾਣਦਾ ਰਹਿੰਦਾ ਹੁੰਦਾ ਸੀ ਯੂਰਪ ਨਾਲ ਜੁੜੇ-ਜੁੜੇ ਕਰਕੇ ਉਦੋਂ ਜਾ ਕੇ ਹੀ ਉਹਨੇ ਗਿਆਨ ਪ੍ਰਾਪਤ ਕੀਤਾ ਸੀ ਇਸ ਤਰੀਕੇ ਨਾਲ ਭਾਰਤ ਦੇ ਵਿੱਚੋਂ ਜ਼ੀਰੋ ਅਰਬ ਨੂੰ ਗਈ ਅਰਬ ਦੇ ਵਿੱਚੋਂ ਜ਼ੀਰੋ ਯੂਰਪ ਨੂੰ ਗਈ ਉਸ ਤਰੀਕੇ ਨਾਲ ਜ਼ੀਰੋ ਨੂੰ ਬੋਲਣ ਦੇ ਰੂਪ ਵੀ ਬਦਲਦੇ ਗਏ ਕੁਝ ਸ਼ੂਨਿਆ ਆਖਦਾ ਸੀ ਕੋਈ ਸਿਫਰ ਆਖਦਾ ਸੀਗਾ ਕੋਈ ਬਿੰਦੂ ਆਖਦਾ ਸੀ ਨਾ ਇਸ ਤਰੀਕੇ ਨਾਲ ਨਾਵਾਂ ਦੇ ਵਿੱਚ ਵੀ ਤਬਦੀਲੀ ਹੁੰਦੀ ਗਈ ਉਹ ਵੀ ਮੈਂ ਤੁਹਾਨੂੰ ਦੱਸਦਾ ਮਾਂ 6ਵੀਂ ਸਦੀ ਦੇ ਵਿੱਚ ਸੰਸਕ੍ਰਿਤ ਦੇ ਵਿੱਚ ਆਪਣਾ ਜ਼ੀਰੋ ਨੂੰ ਸ਼ੂਨਿਆ ਕਿਹਾ ਜਾਂਦਾ ਸੀਗਾ ਸ਼ੂਨ્ય ਤੋਂ ਬਾਅਦ ਉਦੋਂ ਬਾਅਦ ਵਿੱਚ ਸਮਾਂ ਬਦਲ ਗਿਆ ਫਿਰ ਇਹਨੂੰ ਅਰਬ ਦੇ ਵਿੱਚ ਸਿਫਰ ਕਿਹਾ ਜਾਣ ਲੱਗ ਪਿਆ ਸਿਫਰ ਤੋਂ ਬਾਅਦ ਦੇ ਵਿੱਚ ਉਦੋਂ ਅਗਲੀ ਸਦੀ ਦੀ ਗੱਲ ਕਰੀ ਤੇ ਫਿਰ ਸਿਫਰਾ ਕਿਹਾ ਜਾਣ ਲੱਗ ਪਿਆ ਗੋਪੀਵਰ ਤੁਸੀਂ ਆ ਮੜਾਇਆ ਦਿਖਾਉਦੇ ਜਾਓ ਮੰਦਿਰ ਵੀ ਆਪਣਾ ਖੂਬਸੂਰਤੀ ਨੂੰ ਦੇਖ ਸਕਣਾ ਸਿਫਰਾ ਚ ਕਿ ਲੈਟਿਨ ਭਾਸ਼ਾ ਦੇ ਵਿੱਚ ਸਿਫਰਾ ਕਿਹਾ ਗਿਆ ਸੀ 14ਵੀਂ ਸਦੀ ਦੇ ਵਿੱਚ ਫ੍ਰੈਂਚ ਦੇ ਵਿੱਚ 14ਵੀਂ ਸਦੀ ਦੇ ਵਿੱਚ ਕਿਹਾ ਗਿਆ ਸੀ ਸਿਫਰੇ ਮਤਲਬ 13ਵੀਂ ਚ ਸਿਫਰਾ 14ਵੀਂ ਚ ਸਿਫਰੇ ਇਟਾਲੀਅਨ ਦੇ ਵਿੱਚ ਜ਼ੈਫਰੋ ਤੇ ਫਿਰ ਜਰਮਨ ਦੀ 15ਵੀਂ ਸਦੀ ਵਿੱਚ ਜ਼ਿਫਰ ਕਿਹਾ ਗਿਆ ਤੇ ਇੰਗਲੈਂਡ ਦੀ ਫਿਰ 16ਵੀਂ ਸਦੀ ਦੇ ਵਿੱਚ ਇਹਨੂੰ ਜ਼ੀਰੋ ਸ਼ਬਦ ਪਹੁੰਚ ਗਿਆ ਮਤਲਬ ਸ਼ੂਨੇ ਤੋਂ ਜ਼ੀਰੋ ਸ਼ਬਦ ਬਾਅਦ ਦੇ ਵਿੱਚ ਹੌਲੀ ਹੌਲੀ ਪਹੁੰਚ ਗਿਆ ਮਤਲਬ ਸਭ ਤੋਂ ਪਹਿਲਾਂ ਆ ਸੰਸਕ੍ਰਿਤ ਦੇ ਵਿੱਚ ਸ਼ੂਨੇ ਕਿਹਾ ਗਿਆ ਤੇ ਬਾਅਦ ਦੇ ਵਿੱਚ ਇੰਗਲੈਂਡ ਦੇ ਵਿੱਚ ਇਹਨੂੰ ਫਿਰ ਜ਼ੀਰੋ ਕਿਹਾ ਗਿਆ ਪੰਗੋਲਿਕ ਸਥਿਤੀਆਂ ਦੇ ਕਾਰਨ ਕੁਝ ਉਚਾਰਨਾਂ ਦੇ ਕਾਰਨ ਜਿਵੇਂ ਆਪਾਂ ਹਿੰਦੀ ਪ੍ਰੋਪਰ ਨਹੀਂ ਬੋਲ ਪਾਉਂਦੇ ਸਹੀ ਅੰਗਰੇਜ਼ੀ ਕਈ ਵਾਰ ਆਪਾਂ ਨੂੰ ਸ਼ਬਦ ਆਟ ਜੰਦੇ ਨਹੀਂ ਆਉਂਦੇ ਹਨਾ ਬਹੁਤੀ ਵਾਰੀ ਕਈ ਵਾਰੀ ਕਿਉਂ ਤਾਂ ਇਸੇ ਤਰੀਕੇ ਨਾਲ ਜਿਹੜਾ ਉਚਾਰਨ ਹੁੰਦਾ ਉਹ ਬਦਲਦਾ ਤੁਰਿਆ ਗਿਆ ਇਸ ਤਰੀਕੇ ਨਾਲ ਇੱਕ ਜ਼ੀਰੋ ਦਾ ਲੰਮਾ ਸਫ਼ਰ ਸ਼ੁਰੂ ਹੋਇਆ ਆਹ ਥਾਂ ਤੋਂ ਜ਼ੀਰੋ ਦਾ ਸਫ਼ਰ ਚੱਲਿਆ ਭਾਰਤ ਤੋਂ ਚੱਲਿਆ ਹੋਇਆ ਜ਼ੀਰੋ ਦਾ ਸਫ਼ਰ ਯੂਰਪ ਤੱਕ ਪਹੁੰਚਿਆ ਤੇ ਯੂਰਪ ਹੁਣ ਜੱਜਕਲ ਜ਼ੀਰੋਆਂ ਜਿੰਨੀਆਂ ਲੱਗ ਜਾਣ ਉਹ ਨਹੀਂ ਫਿਰ ਗੱਲ ਵੱਡੀ ਹੋ ਜਾਂਦੀ ਹੈ ਹਨਾ ਇਸ ਤਰੀਕੇ ਨਾਲ ਜ਼ੀਰੋ ਦਾ ਇਤਿਹਾਸ ਇਸ ਵਕਤ ਗਵਾਲੀ ਮੱਧ ਪ੍ਰਦੇਸ਼ ਸਟੇਟ ਦੇ ਵਿੱਚ ਤਾਂ ਤੁਸੀਂ ਵੀ ਵਿਜ਼ਿਟ ਕਰ ਸਕਦੇ ਜੇ ਤੁਸੀਂ ਕਦੇ ਕਿਲਾ ਦੇਖਣ आओ ਤਾਂ ਇੱਥੇ ਵੀ ਤੁਸੀਂ ਜ਼ੀਰੋ ਦਾ ਇਤਿਹਾਸ ਸਮਝ ਸਕਦੇ ਹੋ ਅੰਦਰ ਦੇ ਗਰਭਗ੍ਰਹਿ ਆ ਉਹਦੇ ਵਿੱਚ ਇੱਕ ਸਿਲ ਲੱਗੀ ਹੋਈ ਹੈ ਜਿੱਥੇ ਜ਼ੀਰੋ ਦਾ ਪਤਾ ਲੱਗਦਾ ਵਾ ਸੋ ਅਗਲੀ ਵਾਰ ਨਮਾ ਮਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ